मैं प्राउडली बोल सकता हूँ कि मैं फ्लाइंग ऑफिसर जीवनजीत कुमार। कि मैं एक एग्जांपल है कि उन लोगों को ये पता लग गया है कि नहीं, उन्हें दी बेटी भी कर सकती है चीज, सिर्फ बेटा नहीं है। बिकॉज आई पहला ही सोचा जाता था कि मुंडा ही बहुत जाऊंगा। 3 लाख रुपए हर महीने तनख्वाह वाली आईटी सेक्टर की नौकरी छड़ के गुरदासपुर के पिंड हरचोवाल के जीवनजोत कौर चाहल फ्लाइंग ऑफिसर बन गए ने। पिंड पहुंचते ही उन्हों का स्वागत फुलों के गुलदस्तिया ते नोटों के हार पहना के किया गया। पिंड वासी ते रिश्तेदार इलाके की एक कुड़ी दे भारतीय हवाई फौज विच जाण ते माण महसूस कर रहे ने। जीवनजोत अपनी तीजी कोशिश सदका इस मुकाम उत्ते पहुंचे ने। सफर लंबा सी, 3 साल का सी, क्योंकि पहले मेरे 2 अटैम्प्ट इधर गए सी, फिर 3rd अटैम्प्ट हुए, वो पूरा 1.5 साल का प्रोसीजर चला, 1.5 साल दी ट्रेनिंग। मैं कभी भी ये नहीं सोचा कि अगर फेलियर आ गया तो मैं छोड़ दो, फेलियर आ गया तो और ज़्यादा मेहनत करो। मम्मा पापा ने हमेशा, फैमिली, पूरी फैमिली ने, मेरी जॉइंट फैमिली है, सारे ने हर जगह सपोर्ट किया है। जितने कुछ फेलियर आए, मोराल लो नहीं होने देता। लोगों को एक्चुअली पता ही नहीं हैगा कि ए वीक हो सकता है। जे ज़्यादा ज़्यादा अगर कोई सोचता है, सोचता कि साडा मुंडा फौज च जा सकता है या मुंडा ऐ करूगा, मैंने नहीं लगता कि कुड़ी बारे कभी किसी ने सोचा है कि कुड़ी फौज च जाएगी, वो भी ऑफिसर बन के जाएगी। जीवनजोत दे परिवार विचों उन्हां दे दादा तो लैके पिता तक कई मर्द बतौर जूनियर कमांडेंट ऑफिसर यानी कि JCO फौज विच नौकरी कर चुके ने ते जीवनजोत अपने परिवार विचों अफसर बनन वाले पहले ने। जीवनजोत लई उन्हां दे भरा अर्श दी प्रेरणा बने ते अज भैण दे सफल होण उत्ते उन्हां लई जिंदगी दी ए सब तों वध माण वाली गल है। मेरी लाइफ दी सब तों प्राउडेस्ट मोमेंट कह सकदे आप। दीदी ने 12th कीती अपनी आडी खोसला बटाले तों। ਉੱਥੋਂ ਸ਼ਾਮ ਨੂੰ ਕਾਫੀ ਲੇਟ ਲੇਟ ਤੱਕ ਦੀਦੀ ਆਉਂਦੇ ਰਹੇ ਆ ਟਿਊਸ਼ਨ ਪੜ੍ਹ ਕੇ, ਬਿਕੋਜ਼ ਦੀਦੀ ਨੂੰ ਮੈਥਸ ਕਾਫੀ ਇੰਟਰਸਟ ਸੀ, ਕੈਮਿਸਟਰੀ ਫਿਜ਼ਿਕਸ ਵਿੱਚ ਕਾਫੀ ਇੰਟਰਸਟ ਸੀ। ਉਸ ਤੋਂ ਬਾਅਦ ਦੀਦੀ ਨੇ JEE ਵਾਸਤੇ ਵੀ ਪ੍ਰਿਪੇਅਰ ਕੀਤਾ ਆ। ਦੀਦੀ ਨੂੰ GNDU ਸੀਟ ਮਿਲ ਗਈ ਸੀ, ਆਪਣੀ ਸੀਟ ਮਿਲੀ ਸੀ ਇਲੈਕਟ੍ਰੋਨਿਕਸ 'ਚ। ਦੀਦੀ ਨੂੰ ਚਾਹੀਦੀ ਸੀ ਕੰਪਿਊਟਰ ਸਾਇੰਸ। ਸੋ ਐਟ ਦੈਟ ਟਾਈਮ ਕਿ ਦੀਦੀ ਕਹਿੰਦੇ ਮੈਂ ਚੰਡੀਗੜ੍ਹ ਜਾਣਾ ਹੁਣ, ਫਿਰ ਦੀਦੀ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ, ਉੱਥੋਂ ਕੰਪਿਊਟਰ ਸਾਇੰਸ ਕੀਤੀ। ਫਿਰ ਦੀਦੀ IT ਵਿੱਚ ਜੋਬ ਕਰ ਰਹੀ ਸੀ, ਦੀਦੀ ਨੇ 2 ਸਾਲ ਜੋਬ ਕੀਤੀ ਹੈ। ਦੀਦੀ ਦਾ ਪੈਕੇਜ ਐਟ ਦ ਟਾਈਮ ਆਫ ਲੀਵਿੰਗ ਦੀ ਜੋਬ ਉਦੋਂ 3 ਲੈਕਸ ਪਰ ਮੰਥ, ਮੀਨਸ ਅਰਾਊਂਡ 18 ਲੈਕਸ ਈਅਰ। ਸੋ ਡੈਟ ਵਾਸ ਦੀ ਪੈਕੇਜ। ਹੁਣ ਈਵਨ ਕਿ ਆਰਮੀ ਵਿੱਚ ਵੀ ਉਹਨਾਂ ਪੈਕੇਜ ਨਹੀਂ ਮਿਲ ਰਿਹਾ ਕਿਸੇ ਨੂੰ। ਦੀਦੀ ਦਾ ਪੈਕੇਜ ਪਹਿਲਾਂ ਵੱਧ ਸੀ ਆਰਮੀ ਨਾਲੋਂ, ਅਤੇ ਪਰ ਦੀਦੀ ਦਾ ਇੰਟਰਸਟ ਸੀ ਆਈ ਵਾਂਟ ਟੂ ਬਿਕਮ ਐਨ ਆਫਿਸਰ, ਕਿ ਬਿਕੋਜ਼ ਆਫਿਸਰ ਦੀ ਲਾਈਫ ਡਿਫਰੈਂਟ ਹੁੰਦੀ ਹੈ, ਜਿਹੜੀ ਰਿਸਪੈਕਟ ਮਿਲਦੀ ਹੈ ਸਾਰਿਆਂ ਕੋ। ਜੀਵਨਜੋਤ ਦੇ ਮਾਪਿਆਂ ਮੁਤਾਬਕ ਪਹਿਲੀਆਂ 2 ਕੋਸ਼ਿਸ਼ਾਂ ਵਿੱਚ ਅਸਫਲ ਹੋਣ ਮਗਰੋਂ ਉਹਨਾਂ ਨੂੰ ਨਿਰਾਸ਼ਾ ਤਾਂ ਹੋਈ, ਪਰ ਧੀ ਦਾ ਦ੍ਰਿੜ ਇਰਾਦਾ ਹੀ ਸੀ ਕਿ ਹੁਣ ਕਾਮਯਾਬੀ ਨੇ ਉਹਨਾਂ ਦੇ ਕਦਮ ਚੁੰਮੇ ਨੇ। ਜਦੋਂ ਪਹਿਲਾਂ ਇੱਕ ਵਾਰੀ ਇਹਦੀ ਰਿਜੈਕਸ਼ਨ ਹੋਈ, ਪਹਿਲਾਂ ਇਹ ਗਈ SSB ਵਾਸਤੇ, ਇਹਦੇ ਪਹਿਲਾਂ ਹੀ ਸਕਰੀਨ ਆਊਟ ਹੋਈ ਹੈ। ਫਿਰ ਇਹ ਦੂਸਰੀ ਵਾਰ ਜਦੋਂ ਗਈ ਕਾਨਫਰੰਸ ਆਊਟ ਹੋਈ, ਜਦੋਂ ਤੋਂ ਅਸੀਂ ਜਦੋਂ ਫਸਟ ਵਾਰੀ ਲੈ ਕੇ ਆਏ ਉਦੋਂ ਇਹਨੂੰ ਇੰਨਾ ਨਹੀਂ ਸੀ ਹੈਗਾ, ਪਰ ਜਦੋਂ ਸੈਕਿੰਡ ਵਾਰੀ ਜਦੋਂ ਲੈ ਕੇ ਆਏ ਤਾਂ ਥੋੜ੍ਹਾ ਆਪ ਵੀ ਇਮੋਸ਼ਨਲ ਬੰਦਾ ਹੁੰਦਾ ਕਿ ਨਹੀਂ, ਬੱਚੇ ਨੇ ਇੰਨੀ ਮਿਹਨਤ ਕੀਤੀ, ਯਾਰ ਕੰਮ ਫਿਰ ਇਹ ਰਹਿ ਗਿਆ, ਮੈਂ ਕਿੱਦਾਂ ਹੋ ਗਿਆ। ਪਰ ਇਹ ਆਉਂਦਿਆਂ ਸਾਨੂੰ ਟਾਂਡੇ ਤੋਂ ਲੈ ਕੇ ਆਏ ਸੀਗੇ ਇਹਨੂੰ ਵਾਸਤੇ, ਉਦੋਂ ਦੇਹਰਾਦੂਨ ਸੀਗੀ ਇਹਦੀ SSB, ਆਉਂਦਾ ਕਹਿੰਦੇ ਨਹੀਂ ਇੱਕ ਵਾਰੀ ਤਾਂ ਮੈਂ ਇੱਥੇ ਜਾਣਾ ਹੀ ਜਾਣਾ ਹੁਣ। ਮੈਂ ਜਿੱਤ ਹਾਰ ਬਣੀ ਆ, ਅਗਰ ਗਰਾਊਂਡ ਦੇ ਵਿੱਚ ਪਲੇਅਰ ਖੇਡ 2 ਟੀਮਾਂ ਖੇਡਦੀਆਂ ਤਾਂ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਤਾਂ ਕਿਸੇ ਦਿਨ ਜਿੱਤ ਵੀ ਜ਼ਰੂਰ ਹੋਏਗੀ। ਅਗਰ ਹਾਰ ਤਾਂ ਹਾਰ ਵੀ ਜਿਹੜੀ ਕਿ ਐਕਸੈਪਟ ਕਰਨੀ ਚਾਹੀਦੀ ਇਨਸਾਨ ਨੂੰ, ਉੱਥੋਂ ਸਿੱਖਣ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ, ਤਾਂ ਸਿੱਖਿਆ ਤਾਂ ਅੱਜ ਉਹਦਾ ਰਿਜ਼ਲਟ ਸਾਨੂੰ। ਚੰਡੀਗੜ੍ਹ ਵਿੱਚ ਨੌਕਰੀ ਕਰਦੇ ਹੋਏ ਜੀਵਨਜੋਤ ਨੇ ਫੌਜ ਵਿੱਚ ਜਾਣ ਦੀ ਤਿਆਰੀ ਕੀਤੀ ਤੇ ਇਹ ਉਹਨਾਂ ਦਾ ਸੁਪਨਾ ਹੀ ਸੀ ਕਿ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਦਾ ਲੜ ਅਤੇ ਮਿਹਨਤ ਨਹੀਂ ਛੱਡੀ। ਜੀਵਨਜੋਤ ਮੁਤਾਬਕ ਉਹਨਾਂ ਸਦਕਾ ਹੁਣ ਹੋਰ ਕੁੜੀਆਂ ਨੂੰ ਵੀ ਅੱਗੇ ਵਧਣ ਲਈ ਸੇਧ ਮਿਲੇਗੀ। ਪਿੰਡ ਦੇ ਵਿੱਚੋਂ, ਇਲਾਕੇ ਵਿੱਚੋਂ ਪਹਿਲੀ ਬੇਟੀ ਹੈ ਜੋ ਏਅਰਫੋਰਸ ਦੇ ਵਿੱਚ ਇੱਕ ਅਫਸਰ ਸਿਲੈਕਸ਼ਨ ਹੋਈ ਹੈ। ਸਾਡੇ ਇਲਾਕੇ ਵਿੱਚ ਬਹੁਤ ਮਾਣ ਵਾਲੀ ਗੱਲ ਹੈ ਕਿ ਬੇਟੀ ਨੇ ਇੰਨੀ ਮਿਹਨਤ ਕੀਤੀ ਆ ਅਤੇ ਅੱਜ ਉਹਦਾ ਮੁਕਾਮ ਜਿਹੜਾ ਉਹਨੂੰ ਹਾਸਲ ਹੋਇਆ।